ਆ ਲੈ ਪੁੱਤ, ਤੱਤੀ ਤੱਤੀ ਚਾਹ ਪੀ। ਆ ਚੱਕ ਅਖਬਾਰ। ਫੌਜ ਦੀ ਭਰਤੀ 9 ਤਰੀਕ ਤੋਂ ਪਟਿਆਲੇ ਵਿੱਚ ਸ਼ੁਰੂ। ਲੈ ਵੀ ਜਵਾਨਾ, ਖਿੱਚ ਲੈ ਤਿਆਰੀ। ਸੱਚੀ ਸ਼ਿੰਦਿਆ, ਬਹੁਤ ਦਿਲ ਕਰਦਾ ਕਿ ਤੂੰ ਮੇਰੇ ਸਾਹਮਣੇ ਫੌਜੀ ਵਰਦੀ 'ਚ ਖੜਾ ਹੋਵੇਂ ਤੇ ਮੈਂ ਤੈਨੂੰ ਖਿੱਚ ਕੇ ਸਲੂਟ ਮਾਰਾਂ। ਖਬਰਦਾਰ, ਜੇ ਫੌਜ ਦੀ ਗੱਲ ਵੀ ਕੀਤੀ ਤਾਂ ਤੁਸੀਂ ਕੀ ਲੱਭ ਲਿਆ ਫੌਜ 'ਚੋਂ? ਸਾਰੀ ਉਮਰ ਸਾਡੇ ਤੋਂ ਦੂਰ ਰਹੇ, ਜਵਾਨ ਜਹਾਨ ਪੁੱਤ ਗਵਾ ਲਿਆ। ਬਸ ਇਹਨੂੰ ਮੈਂ ਕਿਤੇ ਨਹੀਂ ਭੇਜਣਾ। ਅੱਜ ਤੋਂ ਬਾਅਦ ਕਿਸੇ ਨੇ ਫੌਜ ਦੀ ਗੱਲ ਨਹੀਂ ਕਰਨੀ। ਸੁਣਦਾ ਪਰਾ ਤੂੰ ਇਹਨੂੰ? ਕਿਹੋ ਜਿਹੀਆਂ ਗੱਲਾਂ ਕਰਦੀਆਂ ਸਰਜੀਤ ਕੁਰੇ? ਧਰਮ ਨਾਲ ਮੇਰਾ ਤਾਂ ਸੀਨਾ ਪਾਟਣ ਤੇ ਆ ਜਾਂਦਾ ਜਦੋਂ ਕੋਈ ਕਹਿੰਦਾ ਆਓ ਜਾਂਦਾ ਸ਼ਹੀਦ ਜਗਦੇਵ ਸਿੰਘ ਦਾ ਬਾਪ, ਨਾਲੇ ਚੁੱਲ੍ਹੇ ਚੜਾਉਣੀ ਇਹੋ ਜਿਹੀ ਜਵਾਨੀ ਜਿਹੜੀ ਦੇਸ਼ ਦੇ ਕੰਮ ਹੀ ਨਾ ਆਏ। ਹਾਏ ਹਾਏ ਪੁੱਤ, ਕੀ ਹੋ ਗਿਆ ਤੈਨੂੰ? ਹਾਂ, ਉਹ ਮਰ ਜਾਣਾ ਪ੍ਰੀਤਮ ਸਿੰਘ ਥਾਣੇਦਾਰ ਨਹੀਂ ਹੈਗਾ, ਰੋਜ਼ ਮੈਨੂੰ ਤੰਗ ਕਰਦਾ ਰਹਿੰਦਾ ਸੀ, ਪਰ ਅੱਜ ਮੈਂ ਉਹਨੂੰ ਸਬਕ ਸਿਖਾ ਹੀ ਦਿੱਤਾ। ਕੀ ਕਰਤਾ ਤੂੰ? ਆਲਮ ਨੇ ਤਾਂ ਪਹਿਲਾਂ ਹੀ ਕਈ ਘਰ ਪੱਟਤੇ। ਹੇ ਵਾਹਿਗੁਰੂ, ਮਿਹਰ ਕਰੀ। ਹਲੋ, ਤਲਾਸ਼ੀ ਲਓ ਇਸ ਘਰ ਦੀ। ਥਾਣੇਦਾਰ ਸਾਹਿਬ, ਸਾਡੇ ਘਰ ਦੀ ਤਲਾਸ਼ੀ? ਸਾਨੂੰ ਰਿਪੋਰਟ ਮਿਲੀ ਹੈ ਕਿ ਤੁਸੀਂ ਇਸ ਘਰ 'ਚ ਨਜਾਇਜ਼ ਅਸਲਾ ਰੱਖਿਆ ਹੋਇਆ। ਰਿਵਾਲਵਰ ਮਿਲਿਆ ਕਿਤਾਬਾਂ ਵਾਲੇ ਬੈਗ ਚੋਂ। ਚਲੋ ਇਹਨਾਂ ਦੋਨਾਂ ਭੈਣ ਭਰਾਵਾਂ ਨੂੰ ਚੁੱਕ ਕੇ ਜੀਪ 'ਚ ਸੁੱਟੋ। ਥਾਣੇ ਚੱਲ ਕੇ ਦੱਸਦੇ ਆ ਕਿ ਨਜਾਇਜ਼ ਅਸਲਾ ਕਿਵੇਂ ਰੱਖੀਦਾ। ਉਹ ਚਲੋ ਦੇ ਭਰਾ ਨੂੰ ਪੁੱਠਾ, ਇਹਨੂੰ ਵੀ ਪਤਾ ਲੱਗੇ ਕਿ ਪ੍ਰੀਤਮ ਸਿੰਘ ਚੀਜ਼ ਕੀ ਆ। ਲੱਜ ਮਾਰਿਆ ਜੇ ਕੋਈ ਚੁੱਪ ਕਰਿਆ, ਕਦੇ ਉਸ ਨੂੰ ਡਰਿਆ ਸਮਝੀਏ ਨਾ, ਜ਼ਖਮੀ ਹੋ ਕੇ ਜੇ ਹੋਵੇ ਸ਼ੇਰ ਸੁੱਤਾ, ਕਦੇ ਉਸ ਨੂੰ ਠਰਿਆ ਸਮਝੀਏ ਨਾ। ਜਿਹੜੇ ਕੌਮ ਦੇ ਲਈ ਸ਼ਹੀਦ ਹੁੰਦੇ ਹੋਇੰਦੇ ਉਸ ਨੂੰ ਮਰਿਆ ਸਮਝੀਏ ਨਾ। ਹੋ ਅਸੀਂ ਅੱਗੇ ਬੈਠੇ ਆਂ ਅਜ਼ਮਾਉਣਾ ਛੱਡਦੇ ਹੋ, ਜਬਰਾਂ ਸੰਗ ਸਬਰਾਂ ਨੂੰ ਪਰਤੇ ਆਉਣਾ ਛੱਡਦੇ ਹੋ। ਹੱਥ ਹਥਿਆਰਾਂ ਨੂੰ ਹਰ ਵਕਤ ਪਾ ਦਿਆਂਗੇ, ਜ਼ਾਲਮ ਸਰਕਾਰਾਂ ਨੂੰ ਅਸੀਂ ਵਕਤ ਪਾ ਦਿਆਂਗੇ।
ਬਸ ਟੁੱਟਣ ਵਾਲਾ ਏ ਝੰਡਾ ਫੇਰ ਬਗਾਵਤ ਦਾ ਓਹੇ ਉੱਠਣ ਵਾਲਾ ਏ। ਭੇਜਦਾ ਹੀ ਫਰਕ ਹੈ ਪੁੱਤਰਾ, ਡਿਊਟੀ ਤਾਂ ਤੂੰ ਹੀ ਫੌਜੀਆਂ ਵਾਲੀ ਕਰ ਰਿਹਾ। ਦਿੱਤਾ ਇਨਸਾਫ ਅਦਾਲਤਾਂ ਨੇ ਝੋਲੀ ਅੱਡਿਆਂ ਅਸਾਂ ਨੂੰ ਅੱਜ ਤੱਕ ਲੋਕੋ, ਲੰਮੀ ਉਮਰ ਤੋਂ ਉਡੀਕ ਇੱਥੇ ਫੈਸਲੇ ਦੀ, ਮੰਗੀ ਭੀਖ ਨਹੀਂ ਮੰਗੇ ਸੀ ਹੱਕ ਲੋਕੋ, ਨੱਕ ਰਗੜਿਆਂ ਮਿਲਣ ਨਾ ਹੱਕ ਇੰਦੇ, ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ, ਪੈਂਦਾ ਭੰਨਣਾ ਹੱਕਾਂ ਲਈ ਨੱਕ ਲੋਕੋ।